ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰੂ ਪਿਆਰਿਓ, ਅੱਜ ਦੋ ਚਾਰ ਵਿਚਾਰਾਂ ਜਿਹੜੀਆਂ ਜ਼ਰੂਰੀ ਸੀਗੀਆਂ ਉਹ ਕਰਨੀਆਂ, ਵੀ ਕਿਹੜੀਆਂ ਕਿਹੜੀਆਂ ਸੇਵਾਵਾਂ ਜਿਹੜੀਆਂ ਆ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕਰਕੇ ਚੱਲ ਰਹੀਆਂ ਅਤੇ ਕਿੱਥੇ ਕਿੱਥੇ ਚੱਲ ਰਹੀਆਂ, ਅਤੇ ਇਹਦਾ ਜਿਹੜਾ ਅਪਡੇਟ ਹੈਗਾ ਉਹ ਸਾਰਿਆਂ ਨੂੰ ਮੈਂ ਪ੍ਰੋਵਾਈਡ ਕਰਨਾ ਚਾਹੁੰਦਾ ਸੀਗਾ। ਇੱਕ ਤਾਂ ਜਿਹੜੀ ਹੁਣ ਪੰਥਕ ਇਕੱਤਰਤਾ ਜਿਹੜੀ 18 ਤਰੀਕ ਨੂੰ ਦਿਨ ਐਤਵਾਰ 12 ਵਜੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੇ ਵਿੱਚ ਉਹ ਹੋਣ ਜਾ ਰਹੀ ਹੈ, ਬਹੁਤ ਭਾਰੀ ਪੰਥਕ ਇਕੱਤਰਤਾ ਆ। ਇਸ ਪੰਥਕ ਇਕੱਤਰਤਾ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਆ ਅਮਰੀਕਾ ਕਨੇਡਾ ਸਾਰਿਆਂ ਦੇ ਵੱਖਰੇ ਵੱਖਰੇ ਅਮਰੀਕਾ ਕਨੇਡਾ ਦੇ ਵਿੱਚ ਕੋਨੇ ਕੋਨੇ ਦੇ ਵਿੱਚੋਂ ਸਾਰੇ ਗੁਰਮੁਖ ਸ਼ਮੂਲੀਅਤ ਕਰ ਰਹੇ ਆ ਇਹਦੇ ਵਿੱਚ, ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜਿਹੜਾ ਰਿਜ਼ਲਟ ਨਿਕਲਿਆ, ਜਿਹੜਾ ਆਪਾਂ ਰਿਵਰ ਸਾਈਡ ਜੋ ਮਤੇ ਪਾਏ ਸੀਗੇ ਦੋ ਗੁਰੂ ਘਰਾਂ ਦੇ ਵਿੱਚ ਪੰਥਕ ਇਕੱਤਰਤਾਵਾਂ ਕੀਤੀਆਂ ਸੀਗੀਆਂ, ਉੱਥੇ ਜਿਹੜੀਆਂ ਪੰਥਕ ਇਕੱਤਰਤਾਵਾਂ ਕਰਨ ਦਾ ਸਾਡਾ ਜਿਹੜਾ ਬੇਸ ਜਿਹੜਾ ਆਧਾਰ ਬਣਾਇਆ ਗਿਆ ਉਹ ਸਾਰਾ ਆਪਾਂ ਜਿਹੜਾ ਲਿਖਿਆ ਆ ਅਤੇ ਉਹ ਸਾਰਾ ਆਪਾਂ ਦੱਸਿਆ ਵੀ ਹੈ ਵੀਡੀਓ ਦੇ ਵਿੱਚ ਵੀ, ਅਤੇ ਆਪਾਂ ਲੈਟਰ ਪੈਡ ਦੇ ਉੱਤੇ ਵੀ ਹੈਡਿੰਗ ਦੇ ਕਰਕੇ ਅਤੇ ਸਾਰਿਆਂ ਨੂੰ ਆਪਾਂ ਉਹ ਫਾਰਵਰਡ ਵੀ ਕੀਤਾ। ਹੁਣ ਜਿਹੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਯੂਕੇ ਦੇ ਵਿੱਚ ਬਾਬਾ ਫੌਜਾ ਸਿੰਘ ਹੁਣੇ ਉੱਥੇ ਜਿਹੜੀਆਂ ਪੂਰੇ ਯੂਕੇ ਦੇ ਵਿੱਚ ਉਹ ਇਕੱਤਰਤਾ ਕਰ ਰਹੇ, ਸਾਰੇ ਇਕੱਠ ਹੋ ਰਿਹਾ ਆ, ਅਤੇ ਉਹ ਵੱਖ ਵੱਖ ਚੈਨਲਾਂ ਦੇ ਉੱਤੇ ਜਾ ਕਰਕੇ ਵੀ ਆਪਣਾ ਜਿਹੜੀ ਇੰਟਰਵਿਊ ਦੇ ਵਿੱਚ ਉਹ ਇਸ ਗੱਲ ਨੂੰ ਵਿਸ਼ੇਸ਼ ਤੌਰ 'ਤੇ ਕਹਿ ਰਹੇ ਆ ਕਿ ਆਪਾਂ ਜਿਹੜੇ ਸਾਰੇ ਜਥੇਬੰਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਇੱਕਜੁੱਟ ਹੋ ਕਰਕੇ ਇਕੱਠੇ ਹੋ ਕਰਕੇ ਜਿਹੜਾ ਹੈਗਾ ਉਹ ਜੋ ਬੇਅਦਬੀਆਂ ਦਾ ਜਿਹੜਾ ਦੌਰ ਹੈ ਇਹਨੂੰ ਖਤਮ ਕਰਨ ਵਾਸਤੇ ਸਿਰ ਧੜ ਦੀ ਬਾਜ਼ੀ ਆਪਾਂ ਲਾਉਣੀ ਹੈ। ਜਿੱਦਾਂ ਮਰਜ਼ੀ ਹੋ ਜੇ ਆਪਾਂ ਜਿਹੜੀਆਂ ਬੇਅਦਬੀਆਂ ਆ ਉਹ ਰੋਕਣੀਆਂ ਆ, ਸਾਨੂੰ ਪੈਸਾ ਲਾਉਣਾ ਪਵੇ, ਸਾਨੂੰ ਆਪਣਾ ਜਿਹੜਾ ਹੈਗਾ ਆ ਆਪਣੇ ਪਰਿਵਾਰ ਦੇ ਵਿੱਚੋਂ ਪਹਿਰੇਦਾਰੀ ਚੋਬਦਾਰੀ ਕਰਨ ਵਾਸਤੇ ਆਪ ਖੁਦ ਜਿਹੜੇ ਹੈਗੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਆ ਹੋਕਾ ਦੇ ਕੇ ਜਾਂ ਆਪ ਖੁਦ ਆਪਣੇ ਤੌਰ 'ਤੇ ਆਪਾਂ ਜਿੰਨੇ ਜਿੰਨੇ ਵੀ ਪਿੰਡ ਸਾਂਭ ਸਕਦੇ ਹਾਂ ਜਾਂ ਪਰਿਵਾਰਾਂ ਦੇ ਵਿੱਚ ਜਿੰਨੇ ਜਿੰਨੇ ਲੋਕ ਆਪਾਂ ਸਾਰੇ ਆਪਣੇ ਸਿੰਘ ਗੁਰਮੁਖ ਪਿਆਰੇ ਲੱਗੇ ਆ ਅਤੇ ਉਹ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਵਿਸ਼ੇਸ਼ ਕਰਕੇ ਜਿਹੜੀ ਬੈਲਟ ਆ ਆਪਣੀ ਸੰਗਰੂਰ ਮੋਗਾ ਅਤੇ ਜਿਹੜਾ ਮਾਨਸਾ ਇਹ ਸਾਰੀ ਬੈਲਟ ਜਿਹੜੀ ਆ ਇਹ ਅਤੇ ਹਰਿਆਣੇ ਵਿੱਚ ਅਤੇ ਰਾਜਸਥਾਨ ਦੇ ਵਿੱਚ ਇਹਨਾਂ ਜਗ੍ਹਾ ਦੇ ਉੱਤੇ ਵਿਸ਼ੇਸ਼ ਤੌਰ 'ਤੇ ਆਪਾਂ ਸਾਡਾ ਜਿਹੜਾ ਫੋਕਸ ਆ ਇਹਨਾਂ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਉਹ ਕਾਰਜ ਆਰੰਭ ਕੀਤਾ ਜਾ ਚੁੱਕਾ ਆ ਅਤੇ ਪਿੰਡ ਦੇ ਵਿੱਚ ਹੋਕਾ ਦਿੱਤਾ ਜਾ ਰਿਹਾ ਆ, ਪਿੰਡ ਦੀਆਂ ਕਮੇਟੀਆਂ ਨੂੰ ਅਤੇ ਜਿਹੜੀਆਂ ਪੰਚਾਇਤਾਂ ਨੂੰ ਨਾਲ ਲੈ ਕਰਕੇ ਉਹਨਾਂ ਕੋਲੋਂ ਇਹ ਗੱਲ ਕਹਾਈ ਜਾ ਰਹੀ ਹੈ ਕਿ ਤੁਸੀਂ ਆਪਣੇ ਤੌਰ 'ਤੇ ਕਿੰਨਾ ਕੁ ਹਿੱਸਾ ਪਾ ਸਕਦੇ ਹੋ, ਤੁਸੀਂ ਖੁਦ ਭਾਵਨਾ ਵਾਲੇ ਪਿਆਰ ਵਾਲੇ ਜਿਹੜੇ ਗੁਰਮੁਖ ਪਿਆਰੇ ਹੈ ਉਹ ਗੁਰੂ ਕੀ ਚਾਕਰੀ ਵਾਸਤੇ, ਗੁਰੂ ਕੀ ਪਹਿਰੇਦਾਰੀ ਵਾਸਤੇ, ਗੁਰੂ ਕੀ ਜਿਹੜੀ ਹੈ ਸੇਵਾ ਵਾਸਤੇ ਉਹ ਹਾਜ਼ਰ ਹੋਣ ਅਤੇ ਗੁਰੂ ਸਾਹਿਬ ਦੀ ਚਾਕਰੀ ਜਿਹੜੀ ਆ ਉਹ 24 ਘੰਟੇ ਜਿਹੜੀ ਹੈ ਉਹ ਤੈਨਾਤ ਕੀਤੀ ਜਾ ਸਕੇ। ਸੋ ਸੰਗਰੂਰ ਦੇ 38 ਪਿੰਡਾਂ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੇ ਉੱਥੇ ਮਤੇ ਪਾਏ ਆ ਅਤੇ ਉਹ ਮਤਿਆਂ ਦੇ ਵਿੱਚ ਜੁੱਧਾ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨਾ, 8-9 ਵਜੇ ਤੱਕ ਪ੍ਰਕਾਸ਼ ਕਰਕੇ ਫਿਰ ਸੁੱਖ ਆਸਨ ਕਰ ਦੇਣਾ, ਬਾਅਦ ਵਿੱਚ ਫਿਰ 4 ਵਜੇ ਪ੍ਰਕਾਸ਼ ਕਰਕੇ ਅਤੇ ਫਿਰ ਸਮਾਪਤੀ ਤੱਕ ਜਿਹੜਾ ਹੈਗਾ ਆ ਉਹ ਸਮਾਪਤੀ ਤੱਕ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਤੋਂ ਲੈ ਕੇ 4 ਤੋਂ ਲੈ ਕੇ ਸਮਾਪਤੀ ਤੱਕ ਗੁਰੂ ਸਾਹਿਬ ਉੱਥੇ ਹਾਜ਼ਰ ਰਹਿਣਗੇ ਅਤੇ ਬਾਅਦ ਵਿੱਚ ਸੁੱਖ ਆਸਨ ਕੀਤੇ ਜਾਣਗੇ ਅਤੇ ਸੁੱਖ ਆਸਨ ਤੋਂ ਬਾਅਦ ਵਿੱਚ ਜਿਹੜਾ ਹੈਗਾ ਆ ਗੁਰੂ ਘਰ ਨੂੰ ਉਹ ਲੌਕ ਲਾ ਦਿੰਦੇ ਆ। ਜੇ ਕਈ ਗੁਰੂ ਘਰਾਂ ਦੇ ਵਿੱਚ ਜੇ ਉਹ ਚਾਹੁੰਦੇ ਆ ਵੀ ਆਪਾਂ ਗੁਰੂ ਘਰਾਂ ਵਿੱਚ ਤਾਲੇ ਨਹੀਂ ਲਾਉਣੇ ਜਾਂ ਆਪਾਂ ਗੁਰੂ ਘਰ ਦੇ ਵਿੱਚ ਆਪਾਂ ਗੁਰੂ ਸਾਹਿਬ ਦਾ ਦਰਵਾਜ਼ਾ 24 ਘੰਟੇ ਖੁੱਲ੍ਹਾ ਰੱਖਣਾ ਆ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਤੌਰ 'ਤੇ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ, ਕਮੇਟੀ ਵਾਲਿਆਂ ਦੀ ਸਹਾਇਤਾ ਦੇ ਨਾਲ ਜਾਂ ਗ੍ਰੰਥੀ ਸਿੰਘ ਦੀ ਸਹਾਇਤਾ ਦੇ ਨਾਲ ਉਹ ਚੋਬਦਾਰੀ ਅਤੇ ਪਹਿਰੇਦਾਰੀ ਜ਼ਰੂਰ ਕਰਵਾਉਣ ਅਤੇ ਉੱਥੇ ਜਿਹੜਾ ਹੈਗਾ ਆ ਇੱਕ ਪਹਿਰੇਦਾਰ ਰੱਖਿਆ ਜਾਵੇ ਸ਼ਸਤਰਧਾਰੀ। ਇਹ ਜਿਹੜੀਆਂ ਮੁੱਖ ਹਦਾਇਤਾਂ ਕੀਤੀਆਂ ਗਈਆਂ ਉਸ ਜਿਹੜੇ ਉਹਨਾਂ ਨੇ ਮਤੇ ਪਾਏ ਉਸ ਮਤੇ ਦੇ ਵਿੱਚ ਇਹ ਹਦਾਇਤਾਂ ਕੀਤੀਆਂ ਗਈਆਂ। ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਦਾਂ ਹੀ ਆਪਣੇ ਹੁਣ
ਵੱਲਾਂ ਪਿੰਡ ਕੋਠਾ ਸਾਹਿਬ ਅੰਮ੍ਰਿਤਸਰ ਵਿਖੇ 13 ਤਰੀਕ ਨੂੰ ਇਕੱਠ ਪੰਥਕ ਇਕੱਤਰਤਾ ਹੋਣ ਜਾ ਰਹੀ ਹੈ। ਸੋ ਉੱਥੇ ਗੁਰਮੁਖ ਪਿਆਰੇ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਉਹ ਪਹੁੰਚ ਰਹੀਆਂ ਆ, ਉੱਥੇ ਵੀ ਪਹੁੰਚੋ ਅਤੇ ਉੱਥੇ ਪਹੁੰਚ ਕਰਕੇ ਆਪਣੀ ਜਿਹੜੀ ਹੈਗੀ ਹੈ ਉਹ ਜਿਹੜੀ ਸਲਾਹ ਜਿਹਨੂੰ ਕਹਿੰਦੇ ਆ ਉਹ ਜ਼ਰੂਰ ਦਿਓ ਵੀ ਕਿੱਦਾਂ ਅਸੀਂ ਹੋਰ ਇਸ ਨੂੰ ਚੰਗੇ ਤਰੀਕੇ ਦੇ ਨਾਲ ਕਿੱਦਾਂ ਅਸੀਂ ਗੁਰੂ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਠੱਲ ਪਾ ਸਕਦੇ ਹਾਂ, ਜੜੋਂ ਪੱਟ ਸਕਦੇ ਹਾਂ, ਆਪਾਂ ਕਿੱਦਾਂ ਜਿਹੜਾ ਇਹਦਾ ਹੱਲ ਕੱਢ ਸਕਦੇ ਹਾਂ। ਇਹ ਇਕੱਤਰਤਾ 13 ਤਰੀਕ 10 ਵਜੇ ਕੋਠਾ ਸਾਹਿਬ ਵੱਲ ਪਿੰਡ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠ ਹੋਣ ਜਾ ਰਿਹਾ। ਹਾਂਜੀ, ਸੋ ਬਾਬਾ ਰਵਿੰਦਰ ਸਿੰਘ ਜੋਨੀ ਆ ਉਹ ਮੋਗੇ ਦੇ ਵਿੱਚ ਕੱਲ੍ਹ ਤੋਂ ਜਾਣਗੇ, ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕਰਕੇ ਉੱਥੇ ਪਿੰਡਾਂ ਦੇ ਵਿੱਚ ਉਸ ਜਿਹੜੇ ਹੈਗੇ ਆ ਪੰਚਾਇਤਾਂ ਨੂੰ ਕਮੇਟੀਆਂ ਨੂੰ ਉਹ ਇਕੱਠ ਕਰਕੇ ਉੱਥੇ ਕਮੇਟੀਆਂ